ਲੋਕ ਸਭਾ ਚੋਣਾਂ ਆਉਣ ਵਾਲੀਆਂ ਵਾ, 19 ਤਰੀਕ ਨੂੰ ਚੋਣਾਂ ਵਾ ਅਤੇ 23 ਤਰੀਕ ਨੂੰ ਰਿਜ਼ਲਟ ਮਿਲੇਗਾ ਅਤੇ ਦੇਖਿਆ ਜਾਏਗਾ ਕਿ ਕੌਣ ਚੋਣਾਂ ਦੇ ਵਿੱਚ ਜੇਤੂ ਹੁੰਦਾ ਅਤੇ ਕੌਣ ਹਾਰੂ ਹੁੰਦਾ। ਪਰ ਸਾਡੀ ਟੀਮ ਲਗਾਤਾਰ ਲੋਕਾਂ ਦੀ ਰਾਏ ਜਾਣਨ ਵਿੱਚ ਲੱਗੀ ਹੋਈ ਹੈ, ਲੋਕਾਂ ਦੀਆਂ ਦਿਲਾਂ ਦੀਆਂ ਗੱਲਾਂ ਕੀ ਨੇ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਰਕਾਰ ਕਿਸ ਤਰ੍ਹਾਂ ਦੀ ਚਾਹੀਦੀ ਲੋਕਾਂ ਨੂੰ। ਗੱਲਬਾਤ ਕਰਨ ਵਾਸਤੇ ਇਸ ਵਕਤ ਜੀ ਟ੍ਰੇਨ ਦੇ ਵਿੱਚ ਮੌਜੂਦ ਵਾਂ ਅੰਮ੍ਰਿਤਸਰ ਤੋਂ। ਲਗਾਤਾਰ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਜੀ? ਸਰ, ਨੌਕਰੀ ਮਿਲਣੀ ਚਾਹੀਦੀ ਹੈ, ਜਿਹੜਾ ਨਸ਼ਾ ਨੁਸ਼ਾ ਖਤਮ ਹੋਣਾ ਚਾਹੀਦਾ, ਹੋਰ ਕੁਛ ਨਹੀਂ ਚਾਹੀਦਾ। ਕੀ ਪਹਿਲੇ ਜਿਹੜੇ ਸਾਂਸਦ ਸਨ, ਤੁਹਾਡੇ ਜਿਹੜੇ ਸਾਂਸਦ ਸਨ, ਉਹਨਾਂ ਵੱਲੋਂ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਸੀ ਉਹਨਾਂ ਦਾ ਹੱਲ ਕੀਤਾ ਗਿਆ? ਠੀਕ ਹੈ, ਹੋ ਰਿਹਾ ਹੌਲੀ 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 ਹੋ ਰਿਹਾ। ਤਾਂ ਮੋਦੀ ਸਰਕਾਰ ਕੇ ਕਾਂਗਰਸ ਸਰਕਾਰ? ਸਰਕਾਰ ਜਿਹੜੀ ਮਰਜ਼ੀ ਹੈ, ਨੌਕਰੀਆਂ ਮਿਲਣੀਆਂ ਚਾਹੀਦੀਆਂ। ਕੀ ਕਹਿਣਾ ਚਾਹੋਗੇ ਭਾਜੀ, ਮੋਦੀ ਸਰਕਾਰ ਕੇ ਕਾਂਗਰਸ ਸਰਕਾਰ? ਗੱਲਬਾਤ ਕੀਤੀ ਹੈ ਮੌਜੂਦ ਜਿਹੜੇ ਟ੍ਰੇਨ ਦੇ ਵਿੱਚ ਜਿਹੜੇ ਯਾਤਰੀ ਨੇ, ਉਹਨਾਂ ਦੇ ਨਾਲ ਗੱਲ ਜ਼ਰੂਰ ਕਰਾਂਗੇ, ਸਾਰੇ ਕੁਝ ਜਾਣਾਂਗੇ, ਉਹਨਾਂ ਦੀ ਰਾਏ ਜਾਣਾਂਗੇ, ਰਾਏ ਜਾਣਨ ਦਾ ਕਿਉਂਕਿ ਰਾਏ ਰੱਖਣ ਦਾ ਹੱਕ ਸਭ ਨੂੰ ਹੈਗਾ ਵਾ। ਮੌਜੂਦ ਲੋਕਾਂ ਦੇ ਨਾਲ ਗੱਲਬਾਤ ਕਰਕੇ ਦੇਖ ਲੈਂਦੇ ਹਾਂ ਕੀ ਕਹਿਣਾ ਚਾਹੁੰਦੇ ਨੇ। ਭਾਜੀ, ਕੀ ਨਾਮ ਤੁਹਾਡਾ ਜੀ? ਅਜੇ ਵੀਰ ਸਿੰਘ। ਕੀ ਕਹਿਣਾ ਚਾਹੋਗੇ, ਸਰਕਾਰ ਕਿਸ ਤਰ੍ਹਾਂ ਦੀ ਚਾਹੁੰਦੇ? ਸਰਕਾਰ ਵਧੀਆ, ਜਿਹੜੀ ਦੇਸ਼ ਦਾ ਵਿਕਾਸ ਕਰੇ, ਜਿਹੜਾ ਲੋਕਾਂ ਨੂੰ ਜਿਹੜੇ ਅੱਜ ਕੱਲ੍ਹ ਬੱਚੇ ਨੂੰ ਬੇਰੁਜ਼ਗਾਰ ਵਾ, ਉਹਨਾਂ ਨੂੰ ਰੁਜ਼ਗਾਰ ਵਗੈਰਾ ਦੇਵੇ, ਜਿਹੜੀ ਸੜਕਾਂ ਵਗੈਰਾ ਰੁੱਟੀਆਂ ਭੇਜੀ ਜਾਣ, ਉਹਨਾਂ ਨੂੰ ਸਹੀ ਕਰੇ। ਕੀ ਪਹਿਲਾਂ ਜਿਹੜੀ ਸਰਕਾਰ ਸੀ ਉਹਨਾਂ ਵੱਲੋਂ ਤੁਹਾਡੇ ਜਿਹੜੀਆਂ ਮੁਸ਼ਕਲਾਂ ਸਨ ਹੱਲ ਕੀਤਾ ਗਿਆ ਉਹਨਾਂ ਦਾ? ਕੋਈ 50-50% ਕੀਤਾ ਗਿਆ, ਕੁਛ ਕਰਦੇ ਕੁਛ ਨਹੀਂ ਕਰਦੇ, ਜਿਹਦੇ ਉਹਨਾਂ ਨੂੰ ਲੱਗਦਾ ਕਿ ਬੈਨੀਫਿਟ ਹੁੰਦੇ ਹਨ ਸਰਕਾਰ ਨੂੰ, ਉੱਥੇ ਉਹ ਵਿਕਾਸ ਕਰ ਦਿੰਦੇ ਆ, ਜਿੱਥੇ ਉਹਨਾਂ ਨੂੰ ਲੱਗਦਾ ਨਹੀਂ ਕਿ ਉਹਨਾਂ ਸਰਕਾਰ ਨੂੰ ਵੀ ਬੈਨੀਫਿਟ ਹੁੰਦਾ, ਉੱਥੇ ਨਹੀਂ ਕਰਦੇ। ਟੱਕਰ ਦੋ ਸਰਕਾਰਾਂ ਦੀ ਹੈ, ਕਾਂਗਰਸ ਦੀ ਅਤੇ ਬੀਜੇਪੀ ਦੀ, ਕਿਹੜੀ ਸਰਕਾਰ ਨੂੰ ਚੁਣਨਾ ਚਾਹੋਗੇ? ਇਹ ਤਾਂ ਵੋਟ ਜਦੋਂ ਪਾਵਾਂਗੇ ਉਹ ਦੱਸਾਂਗੇ, ਉਹਦੇ ਪਤਾ ਲੱਗੇਗਾ। 23 ਤਰੀਕ ਨੂੰ ਨਤੀਜੇ ਆਉਣੇ ਨੇ ਅਤੇ ਨਤੀਜੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੌਣ ਜੇਤੂ ਹੁੰਦਾ ਅਤੇ ਕੌਣ ਹਾਰੂ ਹੁੰਦਾ ਵਾ। ਸਰ, ਕੀ ਨਾਮ ਤੁਹਾਡਾ ਜੀ? ਨਾਮ ਕੀ ਨਾਮ ਤੁਹਾਡਾ? ਨਾਮ ਮਨਦੀਪ ਸਿੰਘ। ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਜੀ? ਬਹੁਮਤ ਮਿਲੇ, ਜਿਹੜੀ ਵੀ ਸਰਕਾਰ ਆਵੇ ਤਾਂ ਕਿ ਕੁਛ ਵਿਕਾਸ ਹੋ ਸਕੇ। ਵਿਕਾਸ ਹੋ ਸਕੇ, ਵਿਕਾਸ ਪਹਿਲੇ ਹੋਇਆ? ਬਿਲਕੁਲ ਨਹੀਂ, ਬਿਲਕੁਲ ਨਹੀਂ ਹੋਇਆ। ਸੋ ਵਿਕਾਸ ਜਿਹੜਾ ਵਾ ਉਹ ਬਿਲਕੁਲ ਨਹੀਂ ਹੋਇਆ ਅਤੇ ਕੁਝ ਲੋਕ ਕਹਿ ਰਹੇ ਕਿ ਵਿਕਾਸ ਹੋਇਆ ਵਾ। ਗੱਲਬਾਤ ਜਿਹੜੀ ਹੈ ਮੌਜੂਦ ਯਾਤਰੀਆਂ ਨਾਲ, ਸਭ ਤੋਂ ਪਹਿਲੇ ਨਾਮ ਕੀ ਤੁਹਾਡਾ? ਬਲਦੇਵ ਸੋਨੀ ਜੀ। ਕਿਹੜੀ ਜਗ੍ਹਾ ਤੋਂ ਬੈਠੇ ਜੀ? ਅੰਮ੍ਰਿਤਸਰ। ਕੀ ਕਹਿਣਾ ਚਾਹੋਗੇ, ਸਰਕਾਰ ਕਿਸ ਤਰ੍ਹਾਂ ਦੀ ਚਾਹੁੰਦੇ ਜੇ? ਕਿਉਂਕਿ ਸਰਕਾਰ ਨੇ ਵਾਅਦੇ ਕੀਤੇ ਆ, ਦੋਵਾਂ ਸਰਕਾਰਾਂ ਵੱਲੋਂ ਵਾਅਦੇ ਕੀਤੇ ਗਏ ਪਰ ਪੂਰੇ ਨਹੀਂ ਕੀਤੇ ਗਏ, ਹੁਣ ਕੀ ਚਾਹੁੰਦੇ ਜੇ? ਸਰਕਾਰ ਇਹੋ ਹੋਵੇ ਜਿਹੜਾ ਸਾਰੀ ਜਨਤਾ ਦਾ ਭਲਾ ਕਰੇ, ਤਾਂ ਸਰਕਾਰ ਸਾਰੀ ਜਨਤਾ ਦਾ ਭਲਾ ਕਰਦੀ ਨਹੀਂ ਆ, ਤਾਂ ਜਿਹੜੀ ਮਰਜ਼ੀ ਸਰਕਾਰ ਹੈ, ਜੇ ਗਰੀਬਾਂ ਬਾਰੇ ਕੋਈ ਨਹੀਂ ਸੋਚਦਾ। ਕੀ ਪਹਿਲੇ ਜਿਹੜੇ ਵਾਅਦੇ ਕੀਤੇ ਗਏ ਤੁਹਾਡੇ ਸਾਂਸਦ ਵੱਲੋਂ, ਉਹਨਾਂ ਨੂੰ ਪੂਰੇ ਕੀਤਾ ਗਿਆ? ਇਹਨਾਂ ਨੇ ਕੋਈ ਵਾਅਦਾ ਨਹੀਂ ਪੂਰਾ ਦਿੱਤਾ, ਗਰੀਬਾਂ ਨਾਲ ਕੋਈ ਵਾਅਦਾ ਕਿਸੇ ਦਾ ਪੂਰਾ ਨਹੀਂ ਹੁੰਦਾ ਜੀ, ਸਰਕਾਰ ਗਰੀਬਾਂ ਦੀ ਹੁੰਦੀ ਨਹੀਂ ਆ। ਕਹਿੰਦੇ ਅਸੀਂ ਗਰੀਬਾਂ 'ਤੇ ਬੜਾ ਕੁਛ ਕਰਦੇ ਹਾਂ, ਲੇਕਿਨ ਗਰੀਬਾਂ 'ਤੇ ਕੁਛ ਨਹੀਂ ਕਰਦੇ। ਇੰਨੇ ਟੈਕਸ ਲਾ ਗਏ ਗਰੀਬਾਂ 'ਤੇ, ਇੰਨੀ ਮਹਿੰਗਾਈ ਵਧਾ ਤੀ, ਦੇਖੋ ਜੀ ਟੈਕਸ ਇੰਨੇ ਵਧਾਉਣ ਦੇ ਨਾਲ ਉਨੀ ਮਹਿੰਗਾਈ ਵੱਧਦੀ ਆ। ਪਰ ਸਵਾਲ ਉੱਠਦਾ ਵਾ ਕਿ ਸਰਕਾਰ ਹੁਣ ਕਿਹੜੀ ਚੁਣੀ ਜਾਵੇ, ਕਿਉਂਕਿ ਦੋਨੇ ਸਰਕਾਰਾਂ ਤੋਂ ਲੋਕ ਨਿਰਾਸ਼ ਨੇ, ਸਰਕਾਰ ਕਿਹੜੀ ਚੁਣੀ ਜਾਵੇ? ਤੀਸਰਾ ਪੜਾਅ ਕੋਈ ਹੈਗਾ ਨਹੀਂ ਆ, ਸਰਕਾਰਾਂ ਦੋ ਹੀ ਨੇ, ਪਰ ਕਿਹੜੀ ਚੁਣੀ ਜਾਵੇ ਤੁਹਾਡੇ ਸਾਹਮਣੇ? ਸਰਕਾਰ ਇਹੋ ਚੁਣੀ ਜਾਵੇ ਜਿਹੜੀ ਗਰੀਬਾਂ ਬਾਰੇ ਪਹਿਲਾਂ ਸੋਚੇ, ਪਰ ਗਰੀਬਾਂ ਬਾਰੇ ਫਿਰ ਕੋਈ ਨਹੀਂ ਸੋਚਦਾ। ਪਰ ਪਰਖ ਤੇ ਆਪਾਂ ਦੋਨਾਂ ਸਰਕਾਰਾਂ ਨੂੰ ਲਿੱਤਾ ਵਾ, ਦੋਨਾਂ ਸਰਕਾਰਾਂ ਵੱਲੋਂ ਵਾਅਦੇ ਕੀਤੇ ਗਏ ਸੀ, ਵਾਅਦੇ ਨਹੀਂ ਪੂਰੇ ਕੀਤੇ ਗਏ, ਅਤੇ ਹੁਣ ਆਪਾਂ ਤੀਸਰਾ ਪੜਾਅ, ਤੀਸਰੀ ਪੌੜੀ ਕਿਹੜੀ ਚੜਾਂਗੇ ਜੇ ਸਰਕਾਰਾਂ ਦੋਨੇ ਤੁਸੀਂ ਪਰਖ ਲਿੱਤੀ ਆ, ਹੁਣ ਤੀਸਰੀ ਸਰਕਾਰ ਕਿਹੜੀ? ਸਰਕਾਰ ਤਾਂ ਪਾਰਟੀਆਂ ਦੋ ਹੀ ਹੈ ਜੀ, ਇੱਕ ਬੀਜੇਪੀ ਹੈ ਅਤੇ ਕਾਂਗਰਸ। ਜਿਹੜਾ ਚੰਗਾ ਕੰਮ ਕਰੇਗਾ ਉਹਨੂੰ ਵੋਟ ਪਾ ਦਿੱਤੀ ਜਾਏਗੀ। ਸੋ ਜਿਹੜਾ ਚੰਗਾ ਕੰਮ ਕਰੇਗਾ ਵੋਟ ਉਹਨੂੰ ਪਾਈ ਜਾਏਗੀ, ਕੀ ਕਹਿਣਾ ਚਾਹੋਗੇ? ਕੀ ਨਾਮ ਤੁਹਾਡਾ? ਦੇਖੋ ਜੀ, ਇਹ ਤਾਂ ਲੋਕਾਂ ਨਾਲ ਧੋਖਾ ਹੀ ਆ, ਜਿੰਨੇ ਵਾਅਦੇ ਕੀਤੇ ਆ, ਕੋਈ ਵੀ ਕੋਈ ਨਾ ਕੋਈ ਮੋਬਾਈਲ ਦਾ, ਨਾ ਕੋਈ ਨੌਕਰੀ ਦਾ, ਨਾ ਕੁਛ ਕਿਸੇ ਤਰ੍ਹਾਂ ਦਾ ਪੂਰਾ ਨਹੀਂ ਕੀਤਾ। ਬਾਕੀ ਇਸ ਵੇਲੇ ਮੋਦੀ ਲਹਿਰ ਆ, ਉਹਨਾਂ ਨੇ ਫਿਰ ਵੀ ਵਿਕਾਸ ਕੀਤਾ ਸੈਕਟਰ ਦੇ ਤੋਂ, ਕਾਂਗਰਸ ਨੇ ਤਾਂ ਧੋਖਾ ਹੀ ਕੀਤਾ। ਅਸੀਂ ਮੰਨ ਲਈਏ ਫਿਰ ਕਿ ਮੋਦੀ ਸਰਕਾਰ ਨੂੰ ਤੁਹਾਡੀ ਵੋਟ ਪੱਕੀ ਹੈ? ਪੱਕੀ ਜੀ, 100%। ਕੰਮ ਤੁਹਾਡੇ ਜਿਹੜੇ ਸਾਂਸਦ ਸਨ ਪਹਿਲਾਂ, ਜਿਹੜੇ ਇੱਥੇ ਤੁਹਾਡੇ ਸਾਂਸਦ ਸੀ, ਉਹਨਾਂ ਵੱਲੋਂ ਕੋਈ ਵਿਕਾਸ ਜਿਹੜੇ ਕਹੇ ਗਏ ਸੀ, ਉਹਨਾਂ ਵਿੱਚੋਂ ਕੁਛ ਕੀਤਾ ਗਿਆ? ਸਾਡੇ ਸਾਂਸਦ ਨੇ ਤਾਂ ਆਵਾਜ਼ ਨਹੀਂ ਉਠਾਈ ਸੰਸਦ ਵਿੱਚ,
2 ਸਾਲ ਦਾ ਸਮਾਂ ਮਿਲਿਆ ਹੈ ਪਰ ਉਹਨਾਂ ਕੋਈ ਆਵਾਜ਼ ਨਹੀਂ ਉਠਾਈ ਅੰਮ੍ਰਿਤਸਰ ਬਾਰੇ, ਨਾ ਕੋਈ ਪ੍ਰੋਜੈਕਟ ਲਿਆਏ ਆ, ਨਾ ਕੋਈ ਇੰਡਸਟਰੀ ਲਿਆਏ, ਨਾ ਕੋਈ ਲਿਆ। ਸੋ ਆਵਾਜ਼ ਜਿਹੜੀ ਆ ਉਹ ਸੰਸਦ ਵੱਲੋਂ ਨਹੀਂ ਉਠਾਈ ਗਈ ਸੀ, ਕਿਉਂਕਿ ਆਵਾਜ਼ ਜਿਹੜੀ ਉਠਾਉਣੀ ਉਹ ਸੰਸਦ ਦਾ ਹੱਕ ਵਾ ਕਿ ਦੇਸ਼ ਦੇ ਵਿੱਚ ਆਵਾਜ਼। ਸਰ ਕੀ ਨਾਮ ਤੁਹਾਡਾ ਜੀ? ਕੀ ਨਾਮ ਤੁਹਾਡਾ? ਮੇਰਾ ਗੁਰਨਾਮ ਸਿੰਘ। ਕੀ ਕਹਿਣਾ ਚਾਹੋਗੇ ਜਿਹੜੇ ਵਿਕਾਸ ਦੇ ਕੰਮ ਰੁਕੇ ਸਨ ਕਿ ਸਰਕਾਰ? ਚਲੋ ਇੱਕੋ ਗੱਲ ਦੱਸੋ, ਸਰਕਾਰ ਕਿਹੜੀ ਚਾਹੀਦੀ ਹੈ? ਜਿਹੜੀ ਮਰਜ਼ੀ ਬਣ ਜਾਏ ਸਭ ਇੱਕੋ ਹੀ ਹੈ, ਸਭ ਚੰਗੀਆਂ ਹੀ ਨੇ। ਕੀ ਕਹਿਣਾ ਚਾਹੋਗੇ, ਨਾਮ ਕੀ ਤੁਹਾਡਾ? ਵਿਲੀਅਮ। ਵਿਲੀਅਮ। ਕੀ ਸਰਕਾਰ ਕਿਹੜੀ ਚੁਣਨਾ ਚਾਹੋਗੇ ਦੇਸ਼ ਨੂੰ ਚਲਾਉਣ ਵਾਸਤੇ, ਕਿਉਂਕਿ ਦੇਸ਼ ਇਸ ਵੇਲੇ ਦੇਸ਼ ਦਾ ਚੁਣਨ ਦਾ ਟਾਈਮ ਹੈ, ਵੀ ਸਰਕਾਰ ਕਿਹੜੀ ਬੈਠੇਗੀ ਕੁਰਸੀ ਉੱਤੇ? ਕੀ ਕਹਿਣਾ ਚਾਹੁੰਦੇ? ਕਾਂਗਰਸ ਜਾਣੀ ਜੀ, ਕਾਂਗਰਸ ਆਣੀ ਜੀ। ਕਾਂਗਰਸ ਆਏਗੀ? ਕੀ ਕਾਂਗਰਸ ਵੱਲੋਂ ਕੰਮ ਕੀਤੇ ਗਏ? ਦੇਖੋ ਕੰਮ ਤਾਂ ਦੋਨੇ ਨਹੀਂ ਕਰਦੇ, ਠੀਕ ਹੈ, ਵਾਰੀ ਵਾਰੀ ਮੌਕਾ ਦੇਣਾ ਚਾਹੀਦਾ, ਜਿਹੜੇ ਮਰਜ਼ੀ ਆ ਜਾਏ, ਪਹਿਲੀ ਵਾਰੀ ਉਹ ਇਹਨਾਂ ਨੂੰ ਆਇਆ, ਫਿਰ ਕਾਂਗਰਸ ਨੂੰ ਦੇਣਾ। ਇਸੇ ਤਰ੍ਹਾਂ ਵਾਰੀਆਂ ਨਿਭਾਉਣ 'ਚ ਰਵਾਂਗੇ ਤੇ ਕਦੀ ਉਹਨੂੰ ਵਾਰੀ ਦੇਤੀ, ਕਦੀ ਉਹਨੂੰ ਵਾਰੀ ਦੇਤੀ, ਤੇ ਲੋਕਾਂ ਜਿਹੜੀ ਜਨਤਾ ਵਾ ਉਹਨਾਂ ਦਾ ਕੀ ਬਣੇਗਾ? ਜਿੱਦੀ ਤਾਂ ਪਾਰਟੀ ਕੋਈ ਨਹੀਂ, ਟਾਈਮ ਕੱਢੀ ਜਾਂਦੇ, ਅਸੀਂ ਬੁੱਢੇ ਹੋ ਗਏ ਇਸੇ ਚੱਕਰ ਦੇ ਵਿੱਚ ਕਿ 5 ਸਾਲ ਉਹਨੂੰ 5 ਸਾਲ ਉਹਨੂੰ, ਕਿਸ ਤਰ੍ਹਾਂ ਟਾਈਮ ਮਿਲੇਗਾ? ਇਸ ਤਰ੍ਹਾਂ ਹੀ ਆਈ ਚਲੇਗੀ, ਜਿਹਦੀ ਕੋਈ ਕਿਸੇ ਕੋਈ। ਜੇ ਤੀਸਰੀ ਸਰਕਾਰ ਕੋਈ ਆਏਗੀ ਮੌਕਾ ਦੇਵੋਗੇ? ਨਾ ਤੀਸਰੀ ਆਉਣੀ ਕੋਈ ਨਹੀਂ, ਪੱਲੇ ਕੁਛ ਨਹੀਂ ਕਹਿੰਦੇ। ਸੋ ਦੋ ਸਰਕਾਰਾਂ ਦਾ ਰਿੜਕਾ ਵਾ, ਕਾਂਗਰਸ ਤੇ ਬੀਜੇਪੀ, ਗੱਲਬਾਤ ਕਰ ਲੈਂਦੇ ਹਾਂ। ਕੀ ਨਾਮ ਤੁਹਾਡਾ ਜੀ? ਹਾਂਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਯੋਗੇਸ਼ ਹੈ। ਕੀ ਕਹਿਣਾ, ਕੀ ਕਹਿਣਾ ਚਾਹੋਗੇ? ਇੱਧਰ ਤਾਂ ਕਰਦੇ ਵੀ ਤੁਸੀਂ ਥੋੜ੍ਹਾ ਵਧੀਆ ਬੋਲੋਗੇ, ਕੀ ਕਹਿਣਾ ਚਾਹੋਗੇ? ਸਰਕਾਰ ਕਿਸ ਤਰ੍ਹਾਂ ਚਾਹੁੰਦੇ? ਇਹ ਤਾਂ ਬੜਾ ਅੱਛਾ ਆਰਟਿਸਟ। ਸਰਕਾਰ ਕਿਸ ਤਰ੍ਹਾਂ ਚਾਹੁੰਦੇ ਜੀ? ਅਸੀਂ ਇੱਕ ਸਟੇਬਲ ਗੌਰਮੈਂਟ ਚਾਹੁੰਦੇ ਹਾਂ ਜੀ, ਜੀ ਠੀਕ ਹੈ ਕਿ ਨਹੀਂ, ਜਿਹੜਾ ਕਿ ਦੇਸ਼ ਉਹਦੇ ਅੱਛਾ ਕੰਮ ਕਰੇ। ਇਹ ਮਤਲਬ ਅਸੀਂ ਇਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਹਾਂ, ਅਸੀਂ ਇਸ ਤਰ੍ਹਾਂ ਦੀ ਕੋਈ ਸਰਕਾਰ ਨਹੀਂ ਚਾਹੁੰਦੇ ਕਿ ਜਿਹਦੇ ਵਿੱਚ ਜਾ ਕੇ ਜਿਸ ਤਰ੍ਹਾਂ ਸਪੋਜ਼ ਕੋਈ ਖਿਚੜੀ ਗੌਰਮੈਂਟ ਆਵੇ ਜਾਂ 2-2.5 ਸਾਲ ਬਾਅਦ ਸਾਨੂੰ ਦੁਬਾਰਾ ਚੁਣਾਵਾਂ ਦੇ ਵਿੱਚ ਜਾਣਾ ਪਵੇ। ਜਿਹੜੀ ਵੀ ਗੌਰਮੈਂਟ ਆਵੇ, ਇੱਕ ਪਾਰਟੀ ਦੀ ਆਵੇ, ਚਾਹੇ ਉਹ NDA ਹੋਵੇ ਚਾਹੇ ਉਹ UP ਹੋਵੇ, ਲੇਕਿਨ ਇੱਕ ਪਾਰਟੀ ਹੋਣੀ ਚਾਹੀਦੀ ਹੈ। ਇਹ ਜਿਹੜੇ ਖੇਤਰੀ ਦਲ ਹੈਗੇ ਹੈ, ਸਭ ਤੋਂ ਪਹਿਲੇ ਤਾਂ ਇਹ ਖਤਮ ਹੋਣੇ ਚਾਹੀਦੇ ਇੰਡੀਆ ਦੇ ਵਿੱਚ, ਕਿਉਂਕਿ ਇਹਨਾਂ ਨੇ ਹਿੰਦੁਸਤਾਨ ਦੀ ਰਾਜਨੀਤੀ ਨੂੰ ਖਰਾਬ ਕਰਕੇ ਰੱਖੀ। ਹੁਣ ਸੈਕਿੰਡ ਜਿਹੜੀ ਹੈਗੀ ਹੈ, ਐਜ਼ ਏ ਪ੍ਰਾਈਮ ਮਿਨਿਸਟਰ ਮੈਂ ਐਟ ਪ੍ਰੈਜੈਂਟ ਇਹ ਸਮਝਣਾ ਕਿ ਮੋਦੀ ਸਾਹਿਬ ਤੋਂ ਅੱਛਾ ਪ੍ਰਾਈਮ ਮਿਨਿਸਟਰ ਐਟ ਪ੍ਰੈਜੈਂਟ ਇੰਡੀਆ ਦੇ ਵਿੱਚ ਮੁਸ਼ਕਿਲ ਹੈ, ਠੀਕ ਹੈ ਕਿ ਨਹੀਂ? ਮੈਂ ਇਹ ਨਹੀਂ ਕਹਿ ਰਿਹਾ, ਕਿਸੇ ਪਾਰਟੀ ਨਾਲ ਤਲਕ ਨਹੀਂ ਰੱਖ ਰਿਹਾ, ਬੀਂਗ ਏ ਉਹਨਾਂ ਦੀ ਮਤਲਬ ਗੱਲਬਾਤ ਦਾ ਤਰੀਕਾ ਜਾਂ ਕੰਟਰੀ ਅਸੇ। ਚਲੋ ਗਲਤੀਆਂ ਦੇਖੋ ਹਰ ਇਨਸਾਨ ਕੋਲੋਂ ਹੁੰਦੀਆਂ, ਕੁਛ ਆਦਮੀ ਆਪਣੀ ਗਲਤੀਆਂ ਦਾ ਸੁਧਾਰ ਕਰ ਲੈਂਦੇ ਹੈ। ਲੋਕ ਕਹਿੰਦੇ ਜੀ ਮੋਦੀ ਸਾਹਿਬ ਨੇ ਇਹ ਕਰਤਾ ਉਹ ਕਰਤਾ, ਗਲਤੀਆਂ ਵੱਲ ਧਿਆਨ ਸਾਰਿਆਂ ਵੱਲ ਜਾਂਦਾ ਹੈ, ਜਿਹੜਾ ਕੋਈ ਅੱਛੇ ਕੰਮ ਕੀਤੇ ਹੁੰਦੇ ਨੇ ਉਹਦੇ ਵੱਲ ਧਿਆਨ ਲੋਕਾਂ ਦਾ ਹਮੇਸ਼ਾ ਹੀ ਘੱਟ ਜਾਂਦਾ, ਕਿਉਂਕਿ ਉਹ ਕੰਮ ਨਜ਼ਰ ਹੀ ਨਹੀਂ ਆਉਂਦੇ ਹੈਗੇ, ਠੀਕ ਹੈ। ਤਾਂ ਮੇਰਾ ਤਾਂ ਇਹੋ ਹੀ ਖਿਆਲ ਹੈਗਾ ਕਿ ਅਗਰ ਹੁਣ ਵੀ ਚੁਣਾਵ ਇਲੈਕਸ਼ਨ ਚਾਹੇ ਮੈਂ ਕਹਿੰਦਾ ਕੁਛ ਹੀ ਹੋਵੇ, ਕਿਸੇ ਨੂੰ ਬਹੁਮਤ ਆਵੇ ਨਾ ਆਵੇ, ਸਾਰੀ ਪਾਰਟੀਆਂ ਨੂੰ ਇਹ ਦੇਖਣਾ ਚਾਹੀਦਾ ਕਿ ਬਈ ਇਹ ਪ੍ਰਾਈਮ ਮਿਨਿਸਟਰ ਅਗਰ ਕਾਬਲ ਹੈ ਤਾਂ ਅਸੀਂ ਇਹਨੂੰ ਸਪੋਰਟ ਕਰੀਏ। ਤਾਂ ਮੇਰੀ ਰਾਏ ਤਾਂ ਇਹੋ ਹੀ ਹੈਗੀ ਹੈ ਕਿ ਜਿਹੜਾ ਪ੍ਰਾਈਮ ਮਿਨਿਸਟਰ ਸਾਡਾ ਹੈਗਾ ਅੱਛਾ ਹੈਗਾ, ਉਹਨੇ ਕੰਟਰੀ ਅਸੀਂ ਬਹੁਤ ਕੁਛ ਕੀਤਾ, ਅੱਜ ਪੂਰੇ ਵਰਲਡ ਦੇ ਵਿੱਚ ਇੰਡੀਆ ਨੂੰ ਸਾਰੇ ਜਾਣਦੇ ਹੈ, ਇੱਕ ਟਾਈਮ 'ਚ ਇੰਡੀਆ ਨੂੰ ਕੋਈ ਨਹੀਂ ਸੀ ਜਾਣਦਾ, ਠੀਕ ਹੈ ਨਾ। ਔਰ ਐਜੂਕੇਟਿਡ ਵੋਟਰ ਜਿਹੜਾ ਹੈਗਾ, ਜਿਹੜਾ ਕਿ ਮੇਰਾ ਖਿਆਲ ਹੈ ਉਹ ਇਸ ਵਕਤ ਮੋਦੀ ਦੀ ਫੇਵਰ ਦੇ ਵਿੱਚ ਹੈਗਾ। ਤੁਹਾਡੀ ਵੋਟ ਆਪਾਂ ਮੋਦੀ ਨੂੰ ਪੱਕਾ ਮੰਨੀਏ ਜਾਂ ਕਾਂਗਰਸ ਨੂੰ? ਨਹੀਂ ਦੇਖੀਏ, ਮੈਂ ਤਾਂ ਜਿਹੜਾ ਆਪਣਾ ਹੁੰਦਾ ਵਿਅਕਤੀਗਤ ਤੌਰ 'ਤੇ ਕੋਈ ਵੀ ਆਦਮੀ, ਠੀਕ ਹੈ ਕਿ ਨਹੀਂ, ਮੈਂ ਪਾਰਟੀ ਨੂੰ ਨਹੀਂ ਪ੍ਰੈਫਰ ਕਰਦਾ ਹੁੰਦਾ, ਮੈਂ ਹਮੇਸ਼ਾ ਆਦਮੀ ਦੀ ਕਾਬਲੀਅਤ ਨੂੰ ਪ੍ਰੈਫਰ ਕਰਦਾ। ਅਗਰ ਮੇਰੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਕੈਂਡੀਡੇਟ ਮੈਂ ਸਮਝਾਂਗਾ ਅੱਛਾ ਇਹ ਕੰਮ ਕਰਨ ਵਾਲਾ ਹੈਗਾ, ਮੈਂ ਹਮੇਸ਼ਾ ਉਹਨੂੰ ਵੋਟ ਦਿੱਤਾ।
ਮੈਂ ਕਦੇ ਇਹ ਨਹੀਂ ਕੀਤਾ ਕਿ ਇਹ ਯੂ ਪੀ ਹੈਗੀ ਹੈ ਜਾਂ ਐਨ ਡੀ ਏ ਹੈਗੀ। ਤੁਹਾਡੇ ਕਹਿਣ ਦਾ ਮਤਲਬ ਕਿ ਚਿਹਰੇ ਨੂੰ ਵੋਟ ਦਿੱਤੀ ਜਾਏਗੀ ਪਾਰਟੀ ਨੂੰ ਨਹੀਂ? ਨਹੀਂ, ਚਿਹਰੇ ਹਮੇਸ਼ਾ ਵੋਟ ਚਿਹਰੇ ਨੂੰ ਦੇਣਾ ਚਾਹੀਦਾ ਹੈ, ਚਾਹੇ ਕੋਈ ਆਜ਼ਾਦ ਉਮੀਦਵਾਰ ਹੋਵੇ। ਤੁਹਾਡੇ ਇੱਥੇ ਅੰਮ੍ਰਿਤਸਰ 'ਚ ਇੱਕ ਕੌਂਸਲਰ ਹੁੰਦਾ ਸੀ ਜੋਤੀ, ਡਾਕਟਰ ਜੋਤੀ, ਮੈਨੂੰ ਯਾਦ ਹੈ ਚਿੱਟੇ ਕੱਟੜੇ ਬੈਂਕ, ਉਹ ਬੜਾ ਅੱਛਾ ਕੰਮ ਕਰਦਾ ਸੀ। ਗਿਆਨ ਚੰਦ ਖਰਬੰਦਾ ਕਾਂਗਰਸ ਦਾ ਆਦਮੀ ਸੀ, ਐੱਮ ਐੱਲ ਏ ਰਿਹਾ, ਮੈਨੂੰ ਯਾਦ ਹੈ ਉਹਨੇ ਆਪਣੀ ਜੇਬ ਦੇ ਵਿੱਚ ਸਟੈਂਪ ਰੱਖੀ ਹੁੰਦੀ ਸੀ, ਸਟੈਂਪ ਪੈਡ ਰੱਖਿਆ ਹੁੰਦਾ ਸੀ, ਕਾਂਗਰਸ ਦਾ ਸੀ। ਉਹਦੇ ਕੋਲ ਕਿਸੇ ਵੀ ਬੰਦੇ ਨੇ ਚਲੇ ਜਾਣਾ, ਖਰਬੰਦਾ ਸਾਹਿਬ ਫਲਾਣਾ ਕੰਮ, ਇਹ ਨਹੀਂ ਸੀ ਪੁੱਛਦਾ ਕਿ ਤੂੰ ਕਿਹੜੀ ਪਾਰਟੀ ਤੋਂ ਆਇਆ, ਲੈ ਮੈਂ ਹੁਣੇ ਸਟੈਂਪ ਲੈਣਾ ਜਾ। ਇੰਡੀਵਿਜੁਅਲ ਜਿਹੜਾ ਨਾ, ਜਦ ਵੀ ਤੁਸੀਂ ਵੋਟ ਦੇਣਾ, ਆਦਮੀ ਦੀ ਸ਼ਖਸੀਅਤ ਦੀ ਕਾਬਲੀਅਤ ਕੁਆਲਿਟੀ ਕਿ ਬੰਦਾ ਵਾਕਈ ਕੰਮ ਕਰਨ ਵਾਲਾ ਹੈ ਕਿ ਨਹੀਂ, ਉਹਨੂੰ ਦੇਣਾ ਚਾਹੀਦਾ। ਪਾਰਟੀ ਬਾਅਦ 'ਚ ਹੈ, ਠੀਕ ਹੈ, ਜਿਹੜਾ ਅੱਛਾ ਆਦਮੀ ਹੈ ਤੁਸੀਂ ਉਹਨੂੰ ਵੋਟ ਦਿਓ, ਇਹ ਨਾ ਦੇਖੋ ਕਿ ਇਹ ਪਾਰਟੀ ਹੈਗੀ ਹੈ ਇਹ ਮੈਂ ਇਹਨੂੰ ਵੋਟ, ਬਾਅਦ 'ਚ ਤੁਸੀਂ ਮਗਰ ਦੌੜੇ ਰਹੋ। ਇਹ ਹੁਣੇ ਕਹਿੰਦੇ ਪਏ ਸੀ ਐਮ ਐਲ ਏ ਸਾਹਮਣੇ ਬੈਠੇ, ਇਹਨਾਂ ਦੇ ਘਰ ਦੇ ਪਿੱਛੇ ਰੋਜ਼ ਕੂੜਾ ਸੁੱਟ ਜਾਂਦੇ ਆ, ਮੈਂ ਇਹ ਕਰ ਦਾਂਗਾ, ਮੈਂ ਉਹ ਕਰ ਦਾਂਗਾ, ਕੀਤਾ ਇਹਨਾਂ ਨੇ ਹੱਲ ਤੱਕ ਕੁਛ, ਹੁਣ ਬੋਲੋ ਕਿ ਮੈਂ ਇਹ। ਸੋ ਬਹੁਤ ਸੋਹਣੇ ਵਿਚਾਰ ਨੇ ਤੁਹਾਡੇ ਜਿਹੜੇ ਕੀਤੇ, ਤੁਸੀਂ ਆਪਣੀ ਰਾਏ ਕਿਉਂ ਨਹੀਂ ਰੱਖਦੇ ਪਏ, ਤੁਸੀਂ ਦੂਜੇ ਪਾਸੇ ਕਿਉਂ ਕਰਦੇ ਪਏ? ਨਹੀਂ, ਸਰਕਾਰ ਕਿਹੜੀ ਚਾਹੁੰਦੇ ਜੀ? ਮੋਦੀ ਦੀ। ਮੋਦੀ ਚਾਹੁੰਦੇ ਜੀ? ਕੰਮ ਹੋਏ ਤੁਹਾਡੇ ਪਹਿਲਾਂ ਸੰਸਦ ਵੱਲੋਂ? ਹਾਂਜੀ, ਹੋਏ। ਸੋ ਕੁਝ ਲੋਕ ਬੋਲ ਕੇ ਵੀ ਨਰਾਜ਼ ਸੀ, ਪਰ ਵਧੀਆ ਕੁਝ ਲੋਕਾਂ ਵੱਲੋਂ ਵਿਊ ਵੀ ਵਧੀਆ ਦਿੱਤੇ ਗਏ ਨੇ। ਕੀ ਕਹਿਣਾ ਨਾਮ ਤੁਹਾਡਾ? ਮੇਰਾ ਸੰਜੀਵ ਹੈ ਜੀ। ਕੀ ਕਹਿਣਾ ਚਾਹੋਗੇ, ਸਰਕਾਰ ਜਿਹੜੀ ਹੈ ਹੁਣ ਦੇਸ਼ ਦਾ ਸਵਾਲ ਵਾ, ਕਿਹੜੀ ਸਰਕਾਰ ਚਾਹੁੰਦੇ ਜੀ? ਸਰ ਜਿਹੜੀ ਵੀ ਸਰਕਾਰ ਆਵੇ ਦੇਸ਼ ਹਿੱਤ ਦੀ ਸਰਕਾਰ ਆਉਣੀ ਚਾਹੀਦੀ ਹੈ, ਇਹ ਵਾਅਦਿਆਂ ਇਰਾਦਿਆਂ ਨਾਲ ਕੁਛ ਨਹੀਂ ਬਣਦਾ ਅੱਜ ਕੱਲ੍ਹ। ਮੋਦੀ ਸਰਕਾਰ ਨੇ ਕੀਤਾ ਵੀ ਹੈ, ਦੇਸ਼ ਹਿੱਤ ਵਾਸਤੇ ਬਹੁਤ ਕੁਛ ਕੀਤਾ, ਲੇਕਿਨ ਉਹਨਾਂ ਦੀ ਗਰਾਊਂਡ ਲੈਵਲ ਤੋਂ ਥੋੜ੍ਹੇ ਜਿਹੇ ਕਮਜ਼ੋਰ ਰਹੇ ਨੇ। ਉਹਨਾਂ ਨੂੰ ਗਰਾਊਂਡ ਲੈਵਲ 'ਤੇ ਥੋੜ੍ਹਾ ਜਿਹਾ ਸਰਵੇ ਕਰਨਾ ਚਾਹੀਦਾ ਕਿ ਪਬਲਿਕ ਨੂੰ ਨਾਲ, ਪਬਲਿਕ ਦੇ ਹਿੱਤ ਵਾਸਤੇ ਕੀ ਚਾਹੀ, ਕੀ ਚੀਜ਼ਾਂ ਜ਼ਰੂਰਤ ਹੁੰਦੀਆਂ, ਉਹ ਨਾਲ ਲੈ ਕੇ ਮੋਦੀ ਸਰਕਾਰ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ, ਕਿਉਂਕਿ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਉਹਨਾਂ ਦੇ ਨੁਮਾਇੰਦੇ ਜਿਹੜੇ ਇੱਥੇ ਹੁੰਦੇ ਨੇ, ਉਹ ਉਹਨਾਂ ਨੂੰ ਪੂਰੀ ਰਿਪੋਰਟ ਨਹੀਂ ਦਿੰਦੇ ਗਰਾਊਂਡ ਲੈਵਲ ਦੀ। ਇਸ ਕਰਕੇ ਮੋਦੀ ਸਰਕਾਰ ਨੂੰ ਠੀਕ ਹੈ, ਉਹਨਾਂ ਨੇ ਅਪਰ ਲੈਵਲ 'ਤੇ ਬਹੁਤ ਵਧੀਆ ਕੰਮ ਕੀਤੇ ਨੇ ਅਤੇ ਉਹ ਕਰਦੇ ਵੀ ਕਰਨਗੇ ਵੀ। ਪਰ ਜਿਹੜੇ ਤੁਹਾਡੇ ਸਾਂਸਦ ਸਨ ਪਹਿਲਾਂ ਇੱਥੋਂ, ਜਿਹੜੇ ਸਾਂਸਦ ਸੀ, ਉਹਨਾਂ ਵੱਲੋਂ ਤੁਹਾਡੇ ਜਿਹੜੀਆਂ ਮੁਸ਼ਕਲਾਂ ਸੀ ਉਹਨਾਂ ਦਾ ਹੱਲ ਕੀਤਾ ਗਿਆ ਕੁਝ? ਨਹੀਂ, ਕੋਈ ਲੱਗਦਾ ਤਾਂ ਨਹੀਂ ਕੋਈ ਖਾਸ ਕੋਈ ਹੱਲ ਨਿਕਲਿਆ ਹੋਵੇ। ਆਉਣ ਵਾਲੇ ਵੀ ਸਾਂਸਦ ਕੋਲੋਂ ਉਮੀਦਾਂ ਤੇ ਚਲੋ ਕੀਤੀ, ਅਸੀਂ ਹਰ ਬੰਦਾ, ਹਰ ਪਬਲਿਕ ਦੀ ਇਹੋ ਇੱਛਾ ਹੁੰਦੀ ਹੈ ਕਿ ਉਮੀਦ ਲਗਾਈ ਜਾਵੇ ਆਪਣੇ ਸਾਂਸਦ ਕੋਲੋਂ, ਜਿਹੜੇ ਕੰਮ ਪਬਲਿਕ ਦੇ ਨਹੀਂ ਹੁੰਦੇ ਉਹ ਪਬਲਿਕ ਜਾਂ ਜੋ ਵੀ ਹੈ ਉਹ, ਹਰ ਬੰਦਾ ਚਾਹੁੰਦਾ ਕਿ ਮੇਰੇ ਕੰਮ ਸਾਰੇ ਪੂਰੇ ਹੋਣ, ਲੇਕਿਨ ਸਾਂਸਦ ਸਿਰਫ ਵੋਟਾਂ ਦੇ ਟਾਈਮ 'ਤੇ ਆਉਂਦੇ ਨੇ, ਆਪਣੇ ਵਾਅਦੇ ਇਰਾਦੇ ਕਰਕੇ ਬਸ ਨਿਕਲ ਜਾਂਦੇ ਨੇ। ਸਾਂਸਦ ਵੋਟਾਂ ਦੇ ਟਾਈਮ 'ਤੇ ਆਉਂਦੇ ਨੇ, ਮੰਨਦੇ ਜੀ ਸਰ? ਹਾਂਜੀ, ਵੋਟਾਂ ਦੇ ਟਾਈਮ 'ਤੇ ਹੀ ਸਾਂਸਦ ਪਹੁੰਚਦੇ ਨੇ, ਮੰਨਦੇ ਇਸ ਗੱਲ? ਹਾਂਜੀ ਹਾਂਜੀ। ਕੀ ਕਹਿਣਾ ਚਾਹੋਗੇ, ਸਰਕਾਰ ਕਿਸ ਤਰ੍ਹਾਂ ਦੀ ਚਾਹੁੰਦੇ ਜੀ? ਸਰਕਾਰ ਜਿਹੋ ਜਿਹੀ ਆਵੇ ਚੰਗੀ ਆਵੇ, ਇੱਥੇ ਆ ਚਾਹੁੰਦੇ। ਪਰ ਚੰਗੀ ਕਿਹੜੀ ਕਿਹੜੀ ਸਰਕਾਰ ਨੂੰ ਚੰਗੀ ਮੰਨਦੇ, ਕਿਉਂਕਿ ਦੋ ਸਰਕਾਰਾਂ ਨੇ, ਕਾਂਗਰਸ ਅਤੇ ਬੀਜੇਪੀ, ਪੰਜ ਪੰਜ ਸਾਲ ਵਾਰ ਵਾਰ ਦੀ ਦੇ ਕੇ ਦੇਖ ਲਿੱਤੇ ਆ, ਦੋਨਾਂ ਵਿੱਚੋਂ ਤੁਹਾਨੂੰ ਕਿਹੜੀ ਸਰਕਾਰ ਚੰਗੀ ਲੱਗਦੀ ਵੀ ਹੈ, ਜਿੰਨੇ ਕੋਈ ਹੀਲਾ ਫਸੀਲਾ ਦੇਸ਼ ਵਿੱਚ ਕੀਤਾ ਹੋਵੇ? ਕਾਂਗਰਸ। ਕਾਂਗਰਸ ਚੰਗੀ ਲੱਗਦੀ ਆ? ਕਾਂਗਰਸ ਦੇ ਜਿਹੜੇ ਸੰਸਦ ਸਨ ਉਹਨਾਂ ਨੇ ਤੁਹਾਡੇ ਇਲਾਕੇ 'ਚ ਕੰਮ ਕੀਤੇ? ਹਾਂਜੀ। ਨਸ਼ਾ ਛੱਡਿਆ ਉੱਥੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ 4 ਹਫ਼ਤਿਆਂ 'ਚ ਨਸ਼ਾ ਛੱਡ ਦਾਂਗੇ, ਤੁਹਾਨੂੰ ਲੱਗਦਾ ਵਾ ਕਿ ਨਸ਼ਾ ਖਤਮ ਹੋ ਗਿਆ? ਫਰਕ ਪੈ ਗਿਆ। ਨੌਕਰੀ ਮਿਲ ਗਈ ਤੁਹਾਡੇ ਘਰ ਵਿੱਚ ਕਿਸੇ ਨੂੰ? ਨੌਕਰੀ ਕਿੱਦਾਂ ਮਿਲੀ ਤੁਹਾਡੇ ਘਰ 'ਚ? ਨੌਕਰੀ ਮਿਲੀ ਕਿਸੇ ਨੂੰ ਕਿ ਨਹੀਂ? ਨਹੀਂ ਜੀ। ਮੋਦੀ ਸਰਕਾਰ ਨੇ ਕਿਹਾ ਸੀ 15 ਲੱਖ ਰੁਪਏ ਦੇਵਾਂਗੇ, ਮਿਲਿਆ? ਨਹੀਂ ਜੀ। ਅਤੇ ਫਿਰ ਸਰਕਾਰ ਕਿਹੜੀ ਚੁਣੀ ਜਾਵੇ? ਸਰਕਾਰ ਕਾਂਗਰਸ। ਸਰਕਾਰ ਕਾਂਗਰਸ, ਕੀ ਕਹਿਣਾ ਚਾਹੋਗੇ? ਸਰ ਅਸੀਂ, ਤੁਸੀਂ ਹੁਣੇ ਗੱਲ ਕਰ ਰਹੇ ਸੀ ਨਸ਼ੇ ਦੀ, ਨਸ਼ੇ ਵਾਸਤੇ ਸਰਦਾਰ ਗੁਰਜੀਤ ਸਿੰਘ ਔਜਲੇ ਨੇ ਬੜੀ ਮਿਹਨਤ ਮਾਰੀ ਹੈ, ਤੋ ਹਜੇ ਤੱਕ ਮਾਰਦੇ ਪਏ ਨੇ। ਤੁਸੀਂ ਇਹ ਦੇਖੋ, ਸਾਨੂੰ ਬੜਾ ਮੌਕਾ ਮਿਲਿਆ ਉਹਨਾਂ ਨਾਲ ਸੇਵਾ ਕਰਨ ਦਾ,
ਸਾਨੂੰ ਬਹੁਤ ਮੌਕਾ ਮਿਲਿਆ, ਸਰਦਾਰ ਗੁਰਜੀਤ ਸਿੰਘ ਓਜਲਾ ਨਾਲ ਮੌਕਾ ਮਿਲਿਆ ਸਾਰਾ ਕੰਮ ਕਰਨ ਦਾ। ਉਹਨਾਂ ਨੇ ਗੁਰੂ ਨਾਨਕ ਹੋਸਪਿਟਲ ਵਾਸਤੇ ਵੀ ਬਹੁਤ ਕੁਛ ਕੀਤਾ, ਬੜੀ ਮਸ਼ੀਨਰੀ ਨਵੀਂ ਲਿਆਂਦੀ ਹੈ, ਨਸ਼ੇ ਵਾਸਤੇ ਵੀ ਨੌਜਵਾਨ ਪੀੜ੍ਹੀ ਨੂੰ ਉਹਨਾਂ ਨੂੰ ਸਹੀ ਰਸਤੇ ਪਾਇਆ। ਅਤੇ ਤੁਸੀਂ ਦੇਖੋ ਟ੍ਰੇਨ ਵਾਸਤੇ ਜਿਹੜੀ ਸੱਚਖੰਡ ਜਾਂਦੀ ਹੈ ਉਹਨਾਂ ਵਾਸਤੇ ਵੀ ਬੜਾ ਕੁਛ ਕੀਤਾ ਟ੍ਰੇਨਾਂ ਵਾਸਤੇ। ਇਹ ਜਿਹੜਾ 6 ਨੰਬਰ ਰੇਲਵੇ ਸਟੇਸ਼ਨ ਹੈਗਾ ਇਹ ਉਹਨਾਂ ਦੀ ਦੇਣ ਹੈਗੀ ਹੈ, ਜਿਹੜਾ ਨਵਾਂ ਬਣਿਆ 6-7 ਜਿਹੜਾ ਰੇਲਵੇ ਸਟੇਸ਼ਨ ਬਣਿਆ ਉਹ ਉਹਨਾਂ ਦੀ ਦੇਣ ਹੈਗੀ ਹੈ, ਅੰਮ੍ਰਿਤਸਰ ਰੇਲਵੇ ਸਟੇਸ਼ਨ ਜਿਹੜਾ ਬਣਿਆ। ਅਤੇ ਤੁਸੀਂ ਦੇਖੋ ਅੰਮ੍ਰਿਤਸਰ ਦਾ ਏਅਰਪੋਰਟ ਜਿਹੜਾ ਹੈਗਾ ਉਹਨਾਂ ਨੇ ਦੇਖੋ ਕਿੰਨੀਆਂ ਏਅਰਲਾਈਨਸ ਉਹਨਾਂ ਨੇ ਆਪਣੀਆਂ ਸਟਾਰਟ ਕੀਤੀਆਂ, ਹਜ਼ੂਰ ਸਾਹਿਬ ਦੀ ਵੀ ਸਟਾਰਟ ਕੀਤੀ ਹੈ, ਉਹ ਅੰਮ੍ਰਿਤਸਰ ਵਾਸਤੇ ਪੂਰੀ ਮਿਹਨਤ ਮਾਰਦੇ ਪੈਣ। ਅਸੀਂ ਕਹਿੰਦੇ ਜੀ ਸਰਦਾਰ ਗੁਰਜੀਤ ਸਿੰਘ ਓਜਲੇ ਵਰਗਾ ਐਮ ਪੀ ਨਾ ਪੈਦਾ ਹੋਇਆ ਅਤੇ ਨਾ ਹੀ ਹੋਏਗਾ। ਵੋਟ ਚਿਹਰੇ ਨੂੰ ਮਿਲੇਗੀ ਜਾਂ ਫਿਰ ਪਾਰਟੀ ਨੂੰ? ਵੋਟ ਮਿਲੇਗੀ ਕੰਮ ਨੂੰ, ਸਰਦਾਰ ਗੁਰਜੀਤ ਸਿੰਘ ਓਜਲਾ ਨੇ ਕੰਮ ਕੀਤਾ ਉਹਨੂੰ ਵੋਟ ਮਿਲਣੀ ਚਾਹੀਦੀ ਹੈ। ਉਹਨੇ ਪਹਿਲੇ 1,96,000 ਤੋਂ ਜਿੱਤਿਆ, ਅਸੀਂ ਹੁਣ ਸਾਡੀ ਦਿੱਲੀ ਤਮੰਨਾ ਹੈਗੀ ਹੈ ਉਹ 4,00,000 ਵੋਟਾਂ ਤੋਂ ਜਿੱਤੇ। ਕਿਹਾ ਜਾ ਰਿਹਾ ਵਾ ਕਿ ਸੰਨੀ ਦਿਓਲ ਵੀ ਇੱਥੇ ਪ੍ਰਚਾਰ ਕਰਨਗੇ ਅੰਮ੍ਰਿਤਸਰ ਦੇ ਵਿੱਚ, ਲੱਗਦਾ ਵਾ ਕਿ ਉਹ ਭਾਰੂ ਪੈਣਗੇ? ਭਾਈ ਸੰਨੀ ਦਿਓਲ ਦੀ ਗਦਰ ਦੀ ਸ਼ੂਟਿੰਗ ਨਹੀਂ ਇੱਥੇ ਹੋ ਰਹੀ, ਇਹ ਇਲੈਕਸ਼ਨ ਹੋ ਰਹੇ ਨੇ। ਜਦੋਂ ਤੋਂ ਸ਼ੂਟਿੰਗ ਹੋਏਗੀ ਉਦੋਂ ਰਸ਼ ਦੇ ਉਦੋਂ ਹੋਰ ਹੁੰਦਾ ਹੈ। ਇੱਥੇ ਤਾਂ ਸਰਦਾਰ ਗੁਰਜੀਤ ਸਿੰਘ ਓਜਲਾ ਦਾ ਬਸ। ਪਰ 60-65 ਸਾਲ ਕਾਂਗਰਸ ਸਰਕਾਰ ਰਹੀ, ਕੋਈ ਇੰਡੀਆ ਦਾ ਕੋਈ ਨਾਮ ਥੋੜ੍ਹਾ ਘੱਟ ਸੀ, ਪਰ 5 ਸਾਲ ਦੇ ਵਿੱਚ ਮੋਦੀ ਨੇ ਚਾਰੋਂ ਪਾਸੇ ਇੰਡੀਆ ਇੰਡੀਆ ਕਰ ਦਿੱਤਾ, ਲੱਗਦਾ ਵਾ ਕਿ ਮੋਦੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ? ਇਹ ਤਾਂ ਹੁਣ ਉਹ ਦੱਸਣਗੇ ਕੀ ਕੀਤਾ ਕੀ ਨਹੀਂ ਕੀਤਾ, ਬਟ ਸਾਨੂੰ ਤਾਂ ਇੰਨਾ ਪਤਾ, ਸਾਨੂੰ ਤਾਂ GST ਦਾ ਮੁੱਦਾ ਲੈ ਲਿਆ, ਵਪਾਰੀਆਂ ਵਾਸਤੇ ਬਹੁਤ ਮਾੜਾ ਕੀਤਾ ਉਹਨੇ। ਹਾਂ ਜੇ ਕੋਈ ਕਰਨਾ ਚਾਹੁੰਦਾ ਮੋਦੀ ਸਰਕਾਰ ਤਾਂ ਵਪਾਰੀਆਂ ਵਾਸਤੇ ਜ਼ਰੂਰ ਕੁਛ ਕਰੇ, ਕਿਉਂਕਿ ਵਪਾਰੀਆਂ ਵਾਸਤੇ ਜਾਂ ਨੋਟਬੰਦੀ ਜੋ ਵੀ ਕੀਤੀ ਇਹਨਾਂ ਨੇ ਕੀਤਾ ਮਾੜਾ। ਜੇ ਤੁਸੀਂ ਅੱਛਾ ਇਹ ਅੱਛਾ ਉਪਰਾਲਾ ਨਹੀਂ ਮੰਨਦੇ ਤੁਸੀਂ? ਹਾਂਜੀ ਇਹ ਜਿਹੜਾ ਨੋਟਬੰਦੀ ਜਿਹੜੀ ਲਾਈ ਹੈ GST ਲਾਈ, ਅੱਛਾ ਉਪਰਾਲਾ ਸਮਝਦੇ ਕਿ ਨਹੀਂ? ਇਹ ਐਸੀ ਨਹੀਂ ਸੀ ਹੋਣੀ ਚਾਹੀਦੀ, ਇਹ ਜੇ ਹੁੰਦੀ ਤਾਂ ਇੱਕਦਮ ਸਟੈਪ ਬਾਈ ਸਟੈਪ ਕਰਦੇ ਚੰਗਾ ਸੀ, ਇੱਕਦਮ ਜਨਤਾ ਦੇ ਉੱਤੇ ਇਹਨਾਂ ਨੇ ਬੋਝ ਪਾਇਆ। ਪਰ ਇੱਕ ਗੱਲ ਵਾ, ਉਪਰਾਲਾ ਅੱਛਾ ਮੰਨਦੇ ਜੇ ਭਾਵੇਂ ਜਲਦੀ ਕਰ ਦਿੱਤਾ, ਪਰ ਇਹਨਾਂ ਨੇ ਜਨਤਾ ਉੱਤੇ ਬੋਝ ਪੈ ਗਿਆ, ਪਰ ਉਪਰਾਲਾ ਅੱਛਾ ਮੰਨਦੇ ਜੇ ਹੀ ਨਹੀਂ? ਉਹ ਆਪਣੇ ਆਪ 'ਚ ਚੰਗਾ ਮੰਨਦੇ ਹੋਣਗੇ, ਅਸੀਂ ਲੋਕ ਨਹੀਂ ਚੰਗਾ ਮੰਨਦੇ, ਵਪਾਰੀ ਨਹੀਂ ਚੰਗਾ ਮੰਨਦੇ ਪਏ। ਅੱਜ ਦੀ ਡੇਟ ਦੇ ਵਿੱਚ ਇੰਨੇ ਮਤਲਬ ਰੋਸ ਪ੍ਰਦਰਸ਼ਨ ਹੋਏ ਨੇ, 6-6 ਮਹੀਨੇ ਬਿਹਾਰ ਵੀ ਬੰਦ ਰਿਹਾ, ਤੁਸੀਂ ਇਹ ਚੀਜ਼ ਨੂੰ ਸਮਝਦੇ ਹੋ? ਬਿਹਾਰ ਦੇ ਵਿੱਚ ਅੱਜ ਜੇ ਤੰਗੀ ਦਾ ਮਾਹੌਲ ਹੈਗਾ ਅਤੇ ਨੋਟਬੰਦੀ ਅਤੇ ਜਾਂ GST ਦੇ ਕਰਕੇ ਹੀ ਹੋਇਆ। ਤੁਹਾਡੀ ਵੋਟ ਫਿਰ ਕਿਹਨੂੰ ਮੰਨੀ ਅਸੀਂ, ਕਾਂਗਰਸ ਨੂੰ ਜਾਂ BJP ਨੂੰ? ਅਸੀਂ ਤਾਂ ਕਾਂਗਰਸ ਵਾਲੀ ਚੱਲਣਾ ਹੀ ਹੈ, ਅਤੇ ਜਿਹੜਾ ਬੰਦਾ ਸਹੀ ਹੈ, ਜਿਹੜਾ ਅੰਮ੍ਰਿਤਸਰ ਦੀ ਤਰੱਕੀ ਚਾਹੇਗਾ, ਜਿਹੜਾ ਬੰਦਾ ਪੰਜਾਬ ਦੀ ਤਰੱਕੀ ਚਾਹੇਗਾ, ਅਸੀਂ ਤਾਂ ਉਹਦੇ ਵੱਲ ਹੀ ਹੈਗੇ ਜੀ। ਸੋ ਅਸੀਂ ਤਾਂ ਉਹਦੇ ਵੱਲ ਨੇ ਜਿਹੜੇ ਕੰਮ ਚੰਗੇ ਕਰੇਗਾ। ਕੀ ਨਾਮ ਜੀ ਤੁਹਾਡਾ? ਮੈਂ ਨਾਮ ਜੀ ਵਿਨੋਦ ਕੁਮਾਰ ਹੈ ਜੀ। ਵਿਨੋਦ ਕੁਮਾਰ ਕੀ ਕਹਿਣਾ ਚਾਹੋਗੇ ਸਰਕਾਰ ਦਾ, ਹੁਣ ਦੇਸ਼ ਦਾ ਮੁੱਦਾ ਵਾ? ਸਰਕਾਰ ਦਾ ਲੋਕਲ ਮੁੱਦਾ ਜਿਹੜਾ ਹੈਗਾ ਜੀ, ਮੈਂ BK ਦਾ ਗੇਟ ਰਹਿੰਦਾ ਵਾਂ, ਸਾਡੇ ਪੈਰ 'ਤੇ ਮੈਂ ਸਾਰਾ ਪਹਿਲਾਂ ਵੀ ਪਲਸਤਰ ਤੁਰਾਤਾ ਸੀ, ਮੇਰੇ ਮਕਾਨ ਦਾ ਗੰਦ ਸੁੱਟੀ ਜਾਂਦੇ ਨੇ, ਉਹ ਸਾਹਿਬ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਗੰਦ ਕਿਉਂ ਸੁੱਟਦੇ ਹੋ, ਹੈਂ ਉਹ ਗੰਦ ਕਿਉਂ ਸੁੱਟਦੇ ਹੋ? ਕਹਿੰਦੇ ਅਸੀਂ ਉਹਦੇ ਯੂਨਸ ਕੁਮਾਰ ਦੇ ਬੰਦੇ ਹੈਗੇ ਹਾਂ, ਜੋ ਤੁਸੀਂ ਜੋ ਤੁਸੀਂ ਕਰਨਾ ਇਹ ਕਰ ਲਓ। ਜੀ ਕੌਣ ਨੇ? ਯੂਨਸ ਕੁਮਾਰ ਜੀ ਡਿਪਟੀ ਮੇਅਰ ਹੈਗੇ ਨੇ, ਹਾਂ ਡਿਪਟੀ ਮੇਅਰ ਕਾਂਗਰਸ ਪਾਰਟੀ ਦੇ। ਸਾਡੇ ਸਾਰੀਆਂ ਖਿੜਕੀਆਂ ਤੱਕ ਉਹਨਾਂ ਤੋੜਤੀਆਂ, ਇਹ ਹਾਲ ਕੀਤਾ ਹੈ ਜੇ ਸਾਡਾ ਲੋਕਲ ਮੁੱਦਾ ਜਿਹੜਾ ਇਹੋ ਹੀ ਹੈਗਾ। ਕਾਂਗਰਸ ਸਰਕਾਰ ਨੇ ਤੁਹਾਡਾ ਧੱਕਾ ਕੀਤਾ, ਕਹਿਣਾ ਕਹਿਣ ਦਾ ਮਤਲਬ ਤੁਹਾਡਾ? ਨਹੀਂ ਮੋਦੀ ਸਰਕਾਰ ਦਾ ਨਹੀਂ, ਨਹੀਂ ਕਾਂਗਰਸ ਸਰਕਾਰ ਨੇ ਧੱਕਾ ਕੀਤਾ, ਨਹੀਂ ਇਹ ਧੱਕਾ ਕੀਤਾ ਯੂਨਸ ਕੁਮਾਰ ਨਾਲ, ਉਹਨੇ ਬਰਾਦੇ ਜੇ ਬਾਅਦ ਗੰਦ ਸੁੱਟਦੇ ਨੇ। ਇਹ ਗੁੱਸਾ ਹੁਣ ਕਿੱਥੇ ਨਿਕਲੇਗਾ? ਮੋਹਰ ਤੇ ਮੋਹਰ ਲਗਾ ਕੇ, ਹਾਂ ਮੋਹਰ ਲਾ ਕੇ ਕੱਢਾਂਗੇ। ਜਿਹਦੇ ਕਿਹਦੀ ਵੋਟ ਮੰਨੀ ਆ? ਜਿਹਦੇ ਮਰਜ਼ੀ ਕੀ ਕਹਿਣਾ ਚਾਹੋਗੇ ਤੁਸੀਂ, ਇੱਕ ਗੱਲ ਕਹਿਣਾ ਚਾਹੁੰਦੇ ਸਰ? ਮੈਂ ਤੁਹਾਨੂੰ ਫਿਰ ਇੱਕ ਰਿਪੀਟ ਕਰਨਾ ਚਾਹੁੰਦਾ, ਗੁਰਜੀਤ ਸਿੰਘ ਓਜਲਾ ਜ਼ਮੀਨ ਦੇ ਨਾਲ ਜੁੜੇ ਨੇ, ਜ਼ਮੀਨ ਦੇ ਨਾਲ ਜੁੜੇ ਨੇ ਉਹ ਸ਼ਖਸ
ਮੇਰਾ ਖਿਆਲ ਹੈ ਐਮ ਪੀ ਸ਼ਖਸ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਜਤੀਮ ਖਾਨੇ ਪਿੰਗਲ ਵਾਲੇ ਗੁਰੂ ਨਾਨਕ ਹੋਸਪਿਟਲ ਜਿੱਥੇ ਵੀ ਨਸ਼ਾ ਹੁੰਦਾ ਰਿਹਾ ਉਹਨਾਂ ਨਾਲ ਚੱਲ ਕੇ ਉਹਨਾਂ ਨੂੰ ਐਡਮਿਟ ਕਰਾਉਂਦੇ ਰਹੇ, ਉਹਨਾਂ ਦਾ ਪੂਰਾ ਖਰਚਾ ਕੀਤਾ ਉਹਨਾਂ ਨੇ। ਤੁਹਾਡੀ ਵੋਟ ਅਸੀਂ ਕਾਂਗਰਸ ਨੂੰ ਪੱਕਾ ਮੰਗ ਕੇ ਬਹਿ ਗਏ ਹੁਣ, ਹੁਣ ਤੁਹਾਡੀ ਵੋਟ ਕਾਂਗਰਸ ਨੂੰ ਪੱਕਾ ਪਏਗੀ ਅਤੇ ਹੋਰ ਵੀ ਮੌਜੂਦ ਜਿਹੜੇ ਇੱਥੇ ਦੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰ, ਕੀ ਕਹਿਣਾ ਚਾਹੋਗੇ, ਕੀ ਨਾਮ ਤੁਹਾਡਾ, ਕਿਆ ਨਾਮ ਹੈ? ਦੇਵੇਸ਼। ਵੋਟ ਕਿਸ ਕੋ ਦੇਗੇ? ਮੋਦੀ ਕੋ। ਮੋਦੀ ਕੋ? ਮੋਦੀ ਪੱਕਾ? ਪੱਕਾ। ਕੀ ਬਾਤ ਹੈ, ਮੋਦੀ ਪੱਕਾ ਹੈ। ਹੋਰ ਹਾਂਜੀ, ਕੀ ਨਾਮ ਸਰ ਤੁਹਾਡਾ ਜੀ? ਸੁਨੀਲ ਕੁਮਾਰ। ਅਤੇ ਜੀ ਕੀ ਕਹਿਣਾ ਚਾਹੋਗੇ, ਦੇਸ਼ ਦਾ ਮੁੱਦਾ ਵਾ ਇਸ ਵੇਲੇ, ਸਰਕਾਰ ਕਿਹੜੀ ਬਣਾਉਣ ਜਾਓਗੇ? ਦੇਸ਼ ਤਰੱਕੀ 'ਤੇ ਹੈਗਾ, ਸਭ ਕੁਝ ਹੈਗਾ, ਵਪਾਰੀ ਤਦ ਜੋ ਹੁੰਦਾ ਅੱਗੇ ਟੈਕਸ ਨਹੀਂ ਸੀ ਦਿੰਦਾ, ਹੁਣ ਟੈਕਸ ਦੇਣਾ ਪੈਂਦਾ ਤਾਂ ਕਹਿੰਦਾ ਉਹ ਮਰ ਗਏ ਮਰ ਗਏ ਮਰ ਗਏ। ਲੱਖਾਂ ਰੁਪਈਏ ਕਮਾਉਂਦਾ ਸੀ, 6-6 ਗੱਡੀਆਂ ਰੱਖੀਆਂ ਦੀਆਂ, ਟੈਕਸ 1 ਰੁਪਈਆ ਨਹੀਂ ਸੀ ਦੇਣਾ, ਹੁਣ ਦੇਣਾ ਪੈਂਦਾ ਕਹਿੰਦਾ ਮਰ ਗਏ ਮਰ ਗਏ ਮਰ ਗਏ। ਪਰ ਲੱਗਦਾ ਵਾ ਕਿ ਉਪਰਾਲਾ ਚੰਗਾ ਵਾ, ਦੇਸ਼ ਵਾਸਤੇ ਵਧੀਆ, ਤਰੱਕੀ ਹੋਈ ਹੈ, ਬਹੁਤ ਵਧੀਆ ਦੇਸ਼ ਦੇ, ਦੇਸ਼ ਹਾਈ ਲੈਵਲ 'ਤੇ ਗਿਆ, ਕਿੱਥੇ ਤੋਂ ਕਿੱਥੇ ਆ ਗਿਆ, 9ਵੇਂ ਨੰਬਰ ਤੋਂ 9ਵੇਂ ਨੰਬਰ 'ਤੇ ਆ ਗਿਆ। ਹੁਣ ਇਹ ਕਾਂਗਰਸ ਅਮਰਿੰਦਰ ਸਿੰਘ ਸੀਗਾ, ਇਹਨੇ ਨੌਕਰੀ ਵਾਲਿਆਂ ਨੇ ਹਾਲੇ ਤੱਕ ਪੇ ਸਕੇਲ ਰਿਵਾਈਜ਼ ਨਹੀਂ ਕੀਤੇ, DA 2 ਸਾਲ ਦਾ ਨਹੀਂ ਦਿੱਤਾ, ਅਤੇ ਆਉਂਦਾ ਕਹਿੰਦਾ ਸੀ ਮੈਂ 2 ਮਹੀਨੇ ਸਭ ਕੁਛ ਦੇ ਦਾਂਗਾ, ਨੌਕਰੀ ਦੇ ਦਾਂਗਾ, ਬੱਚਿਆਂ ਨੂੰ ਮੋਬਾਈਲ ਦੇ ਦਾਂਗਾ, ਕੁਛ ਨਹੀਂ ਕੀਤਾ ਨੇ ਕਾਂਗਰਸ ਨੇ, ਅਤੇ 200 ਰੁਪਇਆ ਟੈਕਸ ਲਾ ਦਿੱਤਾ ਨੌਕਰੀ ਪੇਸ਼ੇ ਬੰਦੇ ਦੇ, ਉਹ ਗੱਬਰ ਸਿੰਘ ਟੈਕਸ ਨਹੀਂ ਹੈਗਾ 200 ਰੁਪਇਆ, ਹਰ ਨੌਕਰੀ ਵਾਲੇ ਦੇ ਲਾ ਦਿੱਤਾ 200 ਰੁਪਇਆ ਟੈਕਸ, ਆਪਣੇ ਲਈ ਨਵੀਆਂ ਕਾਰਾਂ ਵੀ ਹੈਗੀਆਂ, ਪੈਸੇ ਵੀ ਹੈਗੇ ਆ, ਅਤੇ ਮੁਲਾਜ਼ਮ ਨੂੰ ਦੇਣ ਲਈ ਨਹੀਂ ਹੈਗਾ। ਵੋਟ ਕਿਹਨੂੰ ਪਾਓਗੇ ਹੁਣ? ਵੋਟ ਮੋਦੀ ਨੂੰ। ਮੋਦੀ, ਮੋਦੀ ਦਾ ਡੰਕਾ ਵੱਜਦਾ ਪਿਆ, ਜ਼ਿਆਦਾਤਰ ਮੋਦੀ ਦਾ ਡੰਕਾ ਵੱਜਦਾ ਪਿਆ ਵਾ, ਕਹਿਣ ਦਾ ਮਤਲਬ ਆ ਵਾ ਕਿ ਪਾਪਾ ਜੀ ਕੀ ਨਾਮ ਤੁਹਾਡਾ, ਸਰਕਾਰ ਕਿੱਧਰੋਂ ਆਏ ਜੀ? ਹਰਿਆਣਾ ਤੋਂ। ਸਰਕਾਰ ਕਿਹੜੀ ਚਾਹੁੰਦੇ ਜੀ ਦੇਸ਼ ਨੂੰ ਚਲਾਉਣ ਵਾਸਤੇ, ਕਿਉਂਕਿ ਦੇਸ਼ ਦਾ ਮੁੱਦਾ ਵਾ? ਕੋਈ ਵੀ ਨਹੀਂ ਚੰਗੀ ਸਰਕਾਰ ਤੇ, ਜਿਹੜੀ ਮਰਜ਼ੀ ਲਾ ਲਓ, ਨਾ ਮੋਦੀ ਨੇ ਕੋਈ ਕੀਤਾ ਨਾ ਕਾਂਗਰਸ ਨੇ ਕੋਈ ਕੀਤਾ, ਪਰ ਹੁਣ ਆਪਾਂ ਤੀਸਰੀ ਕਿਹੜੀ ਚੁਣੀ ਹੈ, ਕਿਉਂਕਿ ਦੇਸ਼ ਨੂੰ ਚਲਾਉਣ ਵਾਸਤੇ ਕੋਈ ਸਰਕਾਰ ਤੇ ਚਾਹੀਦੀ ਚਾਹੀਦੀ, ਕਿਹੜੀ ਚੁਣੀ ਜਾਵੇ? ਚੁਣਨਾ ਤਾਂ ਬਣਨਾ ਤਾਂ ਮੋਦੀ ਹੋਈ ਹੈ, ਚੁਣਨਾ ਚਲਾਉਣਾ ਅੱਗੇ ਤਾਂ ਦੇਸ਼ ਦਾ ਪਿਆ। ਮਾਤਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਕਹਿਣਾ ਚਾਹੋਗੇ, ਸਰਕਾਰ ਕਿਹੜੀ ਚਾਹੀਦੀ ਹੈ? ਮੈਨੂੰ ਸਰਕਾਰ ਦਾ ਕਿਸੇ ਦਾ ਪਤਾ ਹੀ ਨਹੀਂ। ਪਰ ਫਿਰ ਵੀ ਘਰ ਦਾ ਚੌਂਕਾ ਜਦੋਂ ਮਹਿੰਗਾ ਹੋ ਜਾਂਦਾ ਵਾ, ਤੇ ਜਨਾਨੀਆਂ ਦੇ ਦਿਮਾਗ 'ਚ ਆਉਂਦਾ ਕਿ ਯਾਰ ਇਹ ਸਰਕਾਰ ਹੈਗੀ ਸੀ ਤੇ ਤਾਂ ਕਰਕੇ ਮਹਿੰਗਾ ਹੋਇਆ, ਕੀ ਕਹਿਣਾ ਚਾਹੋਗੇ? ਮੋਦੀ ਨੇ ਮਹਿੰਗਾ ਕੀਤਾ। ਭਾਜੀ ਕੀ ਨਾਮ ਤੁਹਾਡਾ ਜੀ? ਰਾਹੁਲ। ਕੀ ਕਹਿਣਾ ਚਾਹੋਗੇ, ਸਰਕਾਰ ਕਿਹੜੀ ਚੁਣੇ ਜਾਓਗੇ? ਮੋਦੀ। ਮੋਦੀ ਮੋਦੀ ਨੇ ਕੰਮ ਕੀਤੇ? ਕਿਹੜੇ ਕਿਹੜੇ ਕੰਮ ਕੀਤੇ ਆ? ਸਾਰੇ ਵਧੀਆ ਕੀਤੇ, ਮਾੜਾ ਕਿਹੜਾ ਕੀਤਾ, ਕੱਲ੍ਹ ਤਾਂ ਕੋਈ ਕੀਤਾ ਨਹੀਂ। ਮਤਲਬ ਕਿ ਮੋਦੀ ਦੀ ਵੋਟ ਪੱਕੀ ਤੁਹਾਡੇ ਵੱਲੋਂ? 100% ਮੋਦੀ ਦੀ ਵੋਟ ਪੱਕੀ ਹੈ। ਮੌਜੂਦਾ ਲੋਕ ਕੀ ਕਹਿਣਾ ਚਾਹੋਗੇ, ਕੀ ਨਾਮ ਤੁਹਾਡਾ? ਹਾਂਜੀ, ਭੁਪਿੰਦਰ ਕੁਮਾਰ ਸਰ। ਕਿਹੜੀ ਵੋਟ ਕੀਤੀ ਜਾਂਦੀ ਹੈ, ਕਿਹਨੂੰ ਦੇਵੋਗੇ? ਕਾਂਗਰਸ ਨੂੰ ਸਰ। ਸੋ ਕੋਈ ਕਾਂਗਰਸ ਕਹਿ ਰਿਹਾ ਵਾ, ਕੋਈ ਮੋਦੀ ਸਰਕਾਰ ਕਹਿ ਰਿਹਾ ਵਾ, ਪਰ ਜ਼ਿਆਦਾ ਡੰਕਾ ਜਿਹੜਾ ਮੋਦੀ ਸਰਕਾਰ ਦਾ ਵੱਜਦਾ ਪਿਆ ਵਾ, ਇਸ ਵਕਤ ਸਟੇਸ਼ਨ ਆ ਚੁੱਕਿਆ ਵਾ, ਅਤੇ ਤਸਵੀਰਾਂ ਵਿੱਚ ਤੁਸੀਂ ਲਗਾਤਾਰ ਦੇਖਿਆ ਵਾ ਕਿ ਲੋਕਾਂ ਵੱਲੋਂ ਪ੍ਰਤੀਕਿਰਿਆ ਆਪਣੀ ਦਿੱਤੀ ਗਈ ਹੈ, ਅਤੇ ਉਹਨਾਂ ਵੱਲੋਂ ਕਿਹਾ ਗਿਆ ਵਾ ਕਿ ਸਰਕਾਰ ਉਹ ਹੀ ਚਾਹੀਦੀ ਆ ਜਿਹੜੀ ਸਰਕਾਰ ਸਹੀ ਤਰੀਕੇ ਦੇ ਨਾਲ ਕੰਮ ਕਰੇ, ਸਹੀ ਤਰੀਕੇ ਦੇ ਨਾਲ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕੀਤਾ ਜਾਵੇ। ਲਗਾਤਾਰ ਤਸਵੀਰਾਂ ਵਿੱਚ ਤੁਹਾਨੂੰ ਦਿਖਾਇਆ ਵਾ, ਲੋਕਾਂ ਨਾਲ ਗੱਲਬਾਤ ਵੀ ਕੀਤੀ ਆ, ਉਹਨਾਂ ਦਾ ਇਹੋ ਹੀ ਕਹਿਣਾ ਵਾ ਕਿ ਇਸ ਵਾਰ ਮੋਦੀ ਸਰਕਾਰ, ਅਤੇ ਕੁਝ ਲੋਕ ਕਹਿ ਰਹੇ ਨੇ ਇਸ ਵਾਰ ਕਾਂਗਰਸ ਸਰਕਾਰ। ਹੁਣ ਦੇਖਣਾ ਹੋਏਗਾ ਕਿ 23 ਤਰੀਕ ਨੂੰ ਜਿਹੜੇ ਰਿਜ਼ਲਟ ਆਉਂਦੇ ਨੇ ਉਹਨਾਂ ਦੇ ਵਿੱਚ ਜੇਤੂ ਕੌਣ ਹੁੰਦਾ ਅਤੇ ਹਾਰੂ ਕੌਣ ਹੁੰਦਾ। ਕੈਮਰਾਮੈਨ ਦੀਪਕ ਦੇ ਨਾਲ ਸੁਖਚੈਨ ਸਿੰਘ, ਅੰਮ੍ਰਿਤਸਰ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।